ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂਮੋorthy ਤੇ ਮੋਗਲ एंपਾਇਰ ਰਿਲੇਟਡ ਜਿਹੜੇ ਵੀ ਇੰਪੋਰਟੈਂਟ ਕੁਐਸਚਨ ਐਗਜ਼ਾਮ ਵਿੱਚ ਬਣ ਸਕਦੇ ਨੇ ਉਹ ਸਾਰੇ ਇੰਪੋਰਟੈਂਟ ਐਂਡ ਐਕਸਪੈਕਟਿਡ ਕੁਐਸਚਨ ਇਸ ਵੀਡੀਓ ਵਿੱਚ ਇਨਕਲੂਡ ਨੇ ਐਂਡ ਜੇ ਅਸਸਬੀ ਕਲਰਕ ਦੇ ਰਿਗਾਰਡਿੰਗ ਸਾਡਾ ਵਟਸਐਪ ਗਰੁੱਪ ਤੁਸੀਂ ਨਹੀਂ ਜੁਆਇਨ ਕੀਤਾ ਤਾਂ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ ਜਾ ਕੇ ਵਟਸਐਪ ਨੂੰ ਜ਼ਰੂਰ ਜੁਆਇਨ ਕਰ ਲਓ ਤੇ ਕੁਐਸਚਨ ਨੰਬਰ 1 ਦੀ ਗੱਲ ਕਰੀਏ ਭਾਰਤ ਵਿੱਚ ਬਾਬਰ ਨੇ ਸਭ ਤੋਂ ਪਹਿਲਾਂ ਕਿਸ ਰਾਜ ਉੱਤੇ ਕਬਜ਼ਾ ਕੀਤਾ ਸੀ ਤਾਂ ਪੰਜਾਬ ਵਿੱਚ ਹੀ ਉਦੋਂ ਕਿਸੀ ਪਾਕਿਸਤਾਨ ਵੀ ਪੰਜਾਬ ਦੇ ਅੰਦਰ ਸੀ ਹਰਿਆਣਾ ਵੀ ਪੰਜਾਬ ਦੇ ਵਿੱਚ ਹੀ ਸੀ ਤੇ ਹਿਮਾਚਲ ਪ੍ਰਦੇਸ਼ ਵੀ ਪੰਜਾਬ ਦੇ ਵਿੱਚ ਸੀ ਮਤਲਬ ਇਹ ਚਾਰੇ ਖੇਤਰ ਸੀ ਚਾਰੇ ਖੇਤਰ ਨੂੰ ਪੰਜਾਬ ਦਾ ਨਾਮ ਦਿੱਤਾ ਹੋਇਆ ਸੀ ਕੁਐਸਚਨ ਨੰਬਰ 2 ਦੀ ਗੱਲ ਕਰੀਏ ਡੈਸ਼ 1885 ਤੋਂ ਲੈ ਕੇ 1898 ਤੱਕ ਅਕਬਰ ਦੇ ਅਧੀਨ ਪਹਿਲੀ ਸ਼ਾਹੀ ਸੀਟ ਕੌਣ ਕਿਹੜੀ ਸੀ ਤਾਂ ਲਾਹੌਰ ਦੀ ਸ਼ੀਟ ਸੀ ਪੰਜਾਬ ਵਿੱਚ ਹਮਲਾ ਕੀਤਾ ਲਾਹੌਰ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਸੀ ਕਵੈਸਚਨ ਨੰਬਰ 3 ਦੀ ਗੱਲ ਕਰੀਏ ਮੁਗਲਾਂ ਨੇ ਪੰਜਾਬ ਤੇ ਕਦੋਂ ਹਮਲਾ ਕੀਤਾ ਸੀ ਤਾਂ 1526 ਈਸਵੀ ਵਿੱਚ ਜਿਹੜਾ ਅਜੂਕੇ ਪੰਜਾਬ ਹੈ ਇਸ ਵਿੱਚ 1526 ਈਸਵੀ ਵਿੱਚ ਇੰਟਰ ਕੀਤਾ ਸੀ ਇਹਨਾਂ ਨੇ ਤੇ ਕਵੈਸਚਨ ਨੰਬਰ 4 ਦੀ ਗੱਲ ਕਰੀਏ 1526 ਵਿੱਚ ਮੁਗਲ ਸ਼ਾਸਕ ਬਾਬਰ ਨੇ ਡੈਸ਼ ਨੂੰ ਹਰਾ ਕੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਸੀ ਉਸ ਟਾਈਮ ਲੋਧੀ ਵੰਸ਼ ਦਾ ਸ਼ਾਸਨ ਸੀ ਤਾਂ ਇਬਰਾਹਿਮ ਲੋਧੀ ਨੂੰ ਹਰਾ ਦਿੱਤਾ ਸੀ ਇਸ ਨੇ ਤੇ ਪੰਜਾਬ ਤੇ ਕਬਜ਼ਾ ਹੋ ਗਿਆ ਸੀ ਕਵੈਸਚਨ ਨੰਬਰ 5 ਦੀ ਗੱਲ ਕਰੀਏ ਪਹਿਲਾ ਮੁਗਲ ਸ਼ਾਸਕ ਕੌਣ ਸੀ ਤਾ ਸਭ ਤੋਂ ਪਹਿਲਾ ਜਿਹੜਾ ਬਾਬਰ ਸੀ ਮੁਗਲ ਸਾਸਕ ਓਕੇ ਦੋਸਤੋ ਜੀ ਕੁਐਸਚਨ ਇਹ ਬੈਨੀਫੀਸ਼ੀਅਲ ਲੱਗਦੇ ਨੇ ਮਤਲਬ ਮੇਰੀ ਕੋਈ ਵੀ ਵੀਡੀਓ ਤੁਹਾਨੂੰ ਬੈਨੀਫੀਸ਼ੀਅਲ ਲੱਗਦੀ ਹੈ ਤਾਂ ਪਲੀਜ਼ ਬਟਨ ਨੂੰ ਲਾਈਕ ਕਰ ਦਿਆ ਕਰੋ ਤੇ ਇੱਕ ਕਮੈਂਟ ਜਰੂਰ ਕਰ ਦਿਆ ਕਰੋ ਓਕੇ ਦੋਸਤੋ ਕੁਐਸਚਨ ਨੰਬਰ 6 ਦੀ ਗੱਲ ਕਰੀਏ ਉਹ ਜੰਗ ਜਿਸ ਨਾਲ ਭਾਰਤ ਵਿੱਚ ਮੁਗਲਾਂ ਦੀ ਸਮਰਾਜ ਦੀ ਸਥਾਪਨਾ ਹੋ ਗਈ ਸੀ ਤਾਂ ਪਾਣੀਪਤ ਦੀ ਪਹਿਲੀ ਲੜਾਈ ਦੇ ਦੌਰਾਨ ਭਾਰਤ ਵਿੱਚ ਮੁਗਲਾਂ ਦਾ ਰਾਜ ਹੋ ਗਿਆ ਸੀ ਕਵੈਸਚਨ ਨੰਬਰ 7 ਦੀ ਗੱਲ ਕਰੀਏ ਬਾਬਰ ਦੇ ਪਿਤਾ ਦਾ ਨਾਮ ਕੀ ਸੀ ਬਾਬਰ ਦੇ ਪਿਤਾ ਦਾ ਨਾਮ ਕਾਫੀ ਵਾਰ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਮੋਸਟਲੀ ਬੱਚੇ ਇੱਧਰ ਜਾਂਦੇ ਨਹੀਂ ਕਿਉਂਕਿ ਸ਼ੁਰੂਆਤ ਹੀ ਬਾਬਰ ਤੋਂ ਹੋਈ ਹੈ ਵਾ ਇੰਡੀਆ ਵਿੱਚ ਹੈ ਨਾ ਤਾਂ ਉੱਥੇ ਤੱਕ ਯਾਦ ਰੱਖਦੇ ਨੇ ਬਟ ਕਾਫੀ ਵਾਰ ਇਹ ਕੁਐਸਚਨ ਰਿਪੀਟ ਹੋ ਚੁੱਕਾ ਹੈ ਕਿ ਬਾਬਰ ਦੇ ਪਿਤਾ ਦਾ ਨਾਮ ਦੱਸੋ ਤਾਂ ਸੇਖ ਮਿਰਜ਼ਾ ਬਾਬਰ ਦੇ ਪਿਤਾ ਦਾ ਨਾਮ ਸੀ ਕੁਐਸਚਨ ਨੰਬਰ 8 ਦੀ ਗੱਲ ਕਰੀਏ ਬਾਬਰੀ ਮਕਬਰਾ ਕਿੱਥੇ ਸਥਿਤ ਹੈ ਕਾਫੀ ਫੇਮਸ ਕੁਐਸਚਨ ਹੈ ਨੇ ਤਾਂ ਕਾਫੀ ਵਾਰ ਐਗਜ਼ਾਮ ਵਿੱਚ ਪੁੱਛੇ ਜਾ ਚੁੱਕੇ ਨੇ ਇਹ ਕਾਬੁਲ ਵਿੱਚ ਕਾਬੁਲ ਕਿੱਥੇ ਅਫਗਾਨਿਸਤਾਨ ਵਿੱਚ ਯਾਦ ਰੱਖਿਓ ਬਾਬਰੀ ਮਕਬਰਾ ਜਿਹੜਾ ਕਾਬੁਲ ਵਿੱਚ ਹੈ ਤੇ ਅਫਗਾਨਿਸਤਾਨ ਵਿੱਚ ਜਿਹੜਾ ਉਹ ਕਾਬੁਲ ਹੈ ਕੁਐਸਚਨ ਨੰਬਰ 9 ਦੀ ਗੱਲ ਕਰੀਏ ਤੁਜੁਕ ਇਹ ਬਾਬਰੀ ਦਾ ਲੇਖਕ ਕੌਣ ਹੈ ਤਾਂ ਅਬਦੁਲ ਰਹੀਮ ਖਾਨ ਨੇ ਬਾਬਰਨਾਮਾ ਲਿਖਿਆ ਸੀ ਜਿਸ ਨੂੰ ਤੁਜੁਕ ਇਹ ਬਾਬਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕੁਐਸਚਨ ਨੰਬਰ 10 ਦੀ ਗੱਲ ਕਰੀਏ ਬਾਬਰ ਦਾ ਅਸਲੀ ਨਾਮ ਕੀ ਸੀ ਤਾਂ ਜ਼ੈਰੁद्दीन ਮੁਹੰਮਦ ਸੀ ਬਾਬਰ ਦਾ ਅਸਲੀ ਨਾਮ ਇਹ ਤੇ ਥੋੜੀ ਸਪੈਲਿੰਗ ਮਿਸਟੇਕ ਹੈ ਤੁਸੀਂ ਜੈਰੁੱਦੀਨ ਮੁਹੰਮਦ ਲਿਖਣਾ ਹੈ ਕੁਐਸਚਨ ਨੰਬਰ 11 ਦੀ ਗੱਲ ਕਰੀਏ ਦਿੱਲੀ ਵਿੱਚ ਦਿਨਪਨਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਤਾਂ ਹਮਾਇਉ ਨੇ ਕੀਤੀ ਸੀ ਕੁਐਸਚਨ ਨੰਬਰ 12 ਦੀ ਗੱਲ ਕਰੀਏ ਬਾਬਰ ਦੇ ਪੁੱਤਰ ਦਾ ਨਾਮ ਕੀ ਸੀ ਤਾਂ ਹਮਾਇਉ ਬਾਬਰ ਦੇ ਪੁੱਤਰ ਦਾ ਨਾਮ ਸੀ ਕੁਐਸਚਨ ਨੰਬਰ 13 ਦੀ ਗੱਲ ਕਰੀਏ ਹਮਾਇਉ ਦੇ ਪੁੱਤਰ ਦਾ ਨਾਮ ਕੀ ਹੈ ਕੀ ਸੀ ਤਾਂ ਅਕਬਰ ਹਮਾਇਉ ਦੇ ਪੁੱਤਰ ਦਾ ਨਾਮ ਸੀ ਕਵੈਸਚਨ ਨੰਬਰ 14 ਦੀ ਗੱਲ ਕਰੀਏ ਸ਼ੇਰ ਸ਼ਾਹ ਸੂਰੀ ਦਾ ਮਕਬਰਾ ਕਿੱਥੇ ਸਥਿਤ ਹੈ ਇਹ ਮਕਬਰਿਆ ਮਾਰੇ ਤੁਹਾਨੂੰ ਕਾਫੀ ਕਵੈਸਚਨ ਦੇਖਣ ਨੂੰ ਮਿਲਣਗੇ ਤਾਂ ਕਰਕੇ ਇਹਨਾਂ ਨੂੰ ਕਿਵੇਂ ਇਹਨਾਂ ਨੂੰ ਰਿਲੇਟ ਕਰਕੇ ਮਾਈਂਡ ਵਿੱਚ ਸੈੱਟ ਕਰ ਲਓ ਤਾਂ ਕਿ ਤੁਸੀਂ ਕਨਫਿਊਜ਼ਨ ਹੋਊ ਐਗਜ਼ਾਮ ਵਿੱਚ ਜੇ ਕਵੈਸਚਨ ਇਹ ਬਣ ਜਾਂਦਾ ਤਾਂ ਤਾਂ ਸ਼ੇਰ ਸ਼ਾਹ ਸੂਰੀ ਦਾ ਮਕਬਰਾ ਜਿਹੜਾ ਉਹ ਸਾਸਾਰਾਮ ਬਿਹਾਰ ਵਿੱਚ ਹੈ ਕਵੈਸਚਨ ਨੰਬਰ 15 ਦੀ ਗੱਲ ਕਰੀਏ ਚੌਥਾ ਦਾ ਯੁੱਧ ਕਦੋਂ ਹੋਇਆ ਸੀ ਤਾਂ 1539 ਇਸਵੀ ਵਿੱਚ ਹਿਮਾਯੂ ਅਤੇ ਸ਼ੇਰਸਾਂ ਦੇ ਵਿਚਕਾਰ ਹੋਇਆ ਸੀ ਚੌਸਾ ਦਾ ਯੁੱਧ ਹਿਮਾਯੂ ਨੇ ਦੋ ਹੀ ਲੜਾਈਆਂ ਲੜੀਆਂ ਸੀ ਇੱਕ ਤਾਂ ਚੌਸਾ ਦਾ ਯੁੱਧ ਹੈ ਤੇ ਦੂਜਿਆਂ ਬਾਰੇ ਵੀ ਆਪਾਂ ਡਿਟੇਲ ਵਿੱਚ ਗੱਲ ਕਰ ਲੈਂਦੇ ਹਾਂ ਕੁਐਸਚਨ ਨੰਬਰ 16 ਦੀ ਗੱਲ ਕਰੀਏ ਹਿਮਾਯੂ ਦਾ ਮਕਬਰਾ ਕਿੱਥੇ ਸਥਿਤ ਹੈ ਤਾਂ ਦਿੱਲੀ ਵਿੱਚ ਹੈ ਹਿਮਾਯੂ ਦਾ ਮਕਬਰਾ ਕੁਐਸਚਨ ਨੰਬਰ 17 ਕਾਫੀ ਇੰਪੋਰਟੈਂਟ ਕੁਐਸਚਨ ਹੈ ਗ੍ਰੈਂਡ ਟ੍ਰਕ ਰੋਡ ਦੀ ਸਥਾਪਨਾ ਕਿਸ ਸ਼ਾਸਕ ਦੁਆਰਾ ਕਰਵਾਈ ਗਈ ਸੀ ਤਾਂ ਸ਼ੇਰਸਾਂ ਸੂਰੀ ਦੇ ਸਮੇਂ ਕਾਲ ਦੌਰਾਨ ਗ੍ਰੈਂਡ ਟ੍ਰਕ ਰੋਡ ਦੀ ਸਥਾਪਨਾ ਹੈ ਜੀਟੀ ਰੋਡ ਦੀ ਸਥਾਪਨਾ ਹੋਈਆਂ ਸੀ ਕੁਐਸਚਨ ਨੰਬਰ 18 ਦੀ ਗੱਲ ਮੁਹੰਮਦ ਜੈਸੀ ਨੇ ਕਿਸ ਰਾਜ ਦੇ ਦੌਰਾਨ ਪਦਮਾਬਤ ਦੀ ਰਚਨਾ ਕੀਤੀ ਸੀ ਪਦਮਾਬਤ ਦੀ ਤੇ ਕਾਫੀ ਚੰਗੀ ਫਿਲਮ ਵੀ ਬਣੀ ਹੈ ਇੱਕ ਆਈ ਹੋਪ ਤੁਸੀਂ ਦੇਖੀ ਹੋਵੇਗੀ ਦੇਖੀ ਇਹਦਾ ਵੀਡੀਓ ਵਿੱਚ ਯੈਸ ਲਿਖ ਕੇ ਕਮੈਂਟ ਜਰੂਰ ਕਰ ਦਿਓ ਤਾਂ ਪਦਮਾਬਤ ਦੀ ਰਚਨਾ ਇੱਥੇ ਦੋ ਕੁਐਸਚਨ ਬਣਦੇ ਨੇ ਤਾਂ ਪਦਮਾਬਤ ਦੀ ਰਚਨਾ ਕਿਸ ਨੇ ਕੀਤੀ ਸੀ ਤਾਂ ਮਲਿਕ ਮੁਹੰਮਦ ਜੈਸ ਦੁਆਰਾ ਲਿਖੀ ਗਈ ਸੀ ਤੇ ਕਿਸ ਸ਼ਾਸਨ ਕਾਲ ਵਿੱਚ ਹੋਈ ਸੀ ਕਿਸ ਦੇ ਸ਼ਾਸਨ ਕਾਲ ਵਿੱਚ ਹੋਈ ਸੀ ਤੇ ਸੇਰਸਾਂ ਸੂਰੀ ਦੇ ਸ਼ਾਸਨ ਕਾਲ ਵਿੱਚ ਹੋਈ ਸੀ ਕਵੈਸਚਨ ਨੰਬਰ 19 ਦੀ ਗੱਲ ਕਰੀਏ ਕਿ ਕਿਹਸ ਮਗਲ ਬਾਦਸ਼ਾ ਦੀ ਦੀਨਪਨਾਹ ਲਾਇਬ੍ਰੇਰੀ ਦੀਆਂ ਪੌੜੀਆਂ ਟੁੱਟ ਗ ਕੇ ਮੌਤ ਹੋ ਗਈ ਸੀ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਨੇ ਤਾਂ ਹਮਾਇੂ ਦੀ ਦੀਨਪਨਾਹ ਲਾਇਬ੍ਰੇਰੀ ਵਿੱਚ ਜਦੋਂ ਬੁੱਕ ਇਹ ਫਾਈਂਡ ਕਰ ਰਹੇ ਸੀ ਉੱਥੇ ਪੌੜੀ ਤੋਂ ਡਿੱਗ ਗਿਆ ਸੀ ਤੇ ਉੱਥੇ ਜਿਸ ਦੀ ਮੌਤ ਹੋ ਗਈ ਸੀ ਤੇ ਇਸ ਤੋਂ ਬਾਅਦ ਆਪਾਂ ਮਗਲ ਬਾਦਸ਼ਾ ਦੀ ਆ ਡਿਟੇਲ ਦੇਖ ਲਈਨੇ ਕਿਹੜੇ-ਕਿਹੜੇ ਮਗਲ ਬਾਦਸ਼ਾ ਭਾਰਤ ਵਿੱਚ ਆਏ ਤੇ ਕਦੋਂ ਤੋਂ ਕਦੋਂ ਤੱਕ ਇਹਨਾਂ ਨੇ ਰਾਜ ਕੀਤਾ ਸਭ ਤੋਂ ਪਹਿਲਾਂ ਕੌਣਾ ਸੀ ਬਾਬਰ ਆਇਆ ਸੀ ਜਿਸ ਨੇ 1526 ਤੋਂ ਲੈ ਕੇ 1530 ਇਸਵੀ ਤੱਕ ਭਾਰਤ ਤੇ ਰਾਜ ਕੀਤਾ ਉਸ ਤੋਂ ਬਾਅਦ ਡੈਥ ਹੋ ਗਈ ਇਸ ਦੀ ਉਸ ਤੋਂ ਬਾਅਦ ਹਮਾਇੂਆ ਆਇਆ 1530 ਲੈ ਕੇ 1556 ਤੱਕ ਕਿਸ ਨੇ ਭਾਰਤ ਤੇ ਰਾਜ ਕੀਤਾ ਉਸ ਤੋਂ ਬਾਅਦ ਅਕਬਰ ਉਸ ਤੋਂ ਅਕਬਰ ਦਾ ਜਿਹੜਾ ਸਮਾਕਾਲ ਸੀ ਸਭ ਤੋਂ ਬੈਸਟ ਸਮਾਕਾਲ ਸੀ ਮਤਲਬ ਕਿ ਪੂਰਾ ਸੁਨਹਿਰੀ ਯੁੱਗ ਉਸ ਸਮੇਂ ਇੰਡੀਆ ਵਿੱਚ ਮੰਨਿਆ ਜਾਂਦਾ ਇਸ ਨੂੰ ਅਕਬਰ ਦੇ ਕਾਲ ਨੂੰ ਤੇ 1556 ਤੋਂ ਲੈ ਕੇ 1605 ਇਸਵੀ ਤੱਕ ਅਕਬਰ ਨੇ ਰਾਜ ਕੀਤਾ ਉਸ ਤੋਂ ਬਾਅਦ ਜਹਾਂਗੀਰ ਆਇਆ ਤੇ ਜਹਾਂਗੀਰ ਸੀ 1605 ਤੋਂ ਲੈ ਕੇ 1627 ਤੱਕ ਜਿਹੜਾ ਜੰਗੇ ਨੇ ਰਾਜ ਕੀਤਾ ਇਸ ਤੋਂ ਬਾਅਦ ਸਹਾਜਾ ਆਇਆ ਤੇ ਸਹਾਜਾ ਨੇ 1627 ਤੋਂ ਲੈ ਕੇ 1658 ਤੱਕ ਰਾਜ ਕੀਤਾ ਇਸ ਤੋਂ ਬਾਅਦ ਔਰੰਗਜ਼ੇਬ ਆਇਆ ਤੇ 1658 ਤੋਂ ਲੈ ਕੇ 1707 ਈਸਵੀ ਤੱਕ ਭਾਰਤ ਦੇ ਰਾਜ ਕੀਤਾ ਕੁਐਸਚਨ ਨੰਬਰ 21 ਦੀ ਗੱਲ ਕਰੀਏ ਬਾਬਰ ਪਾਣੀਪਤ ਦੀ ਪਹਿਲੀ ਲੜਾਈ ਇਹ ਸਾਰੀ ਚਾਰੀ ਲੜਾਈਆਂ ਨੇ ਕਾਫੀ ਇੰਪੋਰਟੈਂਟ ਲੜਾਈਆਂ ਨੇ ਤੇ ਬਾਬਰ ਦੇ ਨਾਲ ਰਿਲੇਟਡ ਹੈ ਤੇ ਇਹ ਯਾਦ ਕਰਨਾ ਵੀ ਈਜ਼ੀ ਹੈ ਨਾ ਕਿ 1526 1527 1528 1529 ਇਹ ਚਾਰ ਡੇਟ ਤੁਸੀਂ ਯਾਦ ਰੱਖ ਲਓ ਤਾਂ ਬਾਬਰ ਜੀ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਕੀਤੀ ਸੀ ਤਾਂ 1526 ਈਸਵੀ ਵਿੱਚ ਦੂਜੀ ਲੜਾਈ ਖਾਨਵਾਦੀ ਲੜਾਈ ਹੋਈ ਸੀ 1527 ਈਸਵੀ ਵਿੱਚ ਤੇ ਉਸ ਤੋਂ ਬਾਅਦ ਚੰਦਰੀ ਦੀ ਲੜਾਈ 1528 ਈਸਵੀ ਵਿੱਚ ਇਸ ਤੋਂ ਬਾਅਦ ਕਾਗਰਾ ਦੀ ਲੜਾਈ ਹੋਈ ਸੀ 1529 ਈਸਵੀ ਵਿੱਚ ਐਗਜ਼ਾਮ ਵਿੱਚ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਖਾਨਵਾਦੀ ਲੜਾਈ ਕਦੋਂ ਹੋਈ ਸੀ ਤਾਂ ਯਾਦ ਰੱਖਿਓ 26 27 28 29 ਕਵੈਸਚਨ ਨੰਬਰ 22 ਦੀ ਗੱਲ ਕਰੀਏ ਪਾਣੀਪਤ ਦੀ ਲੜਾਈ ਵਿੱਚ ਬਾਬਰ ਨੇ ਕਿਹੜੀ ਯੁੱਧ ਨੀਤੀ ਅਪਣਾਈ ਸੀ ਤਾਂ ਤੁਗਲਕਨਾਮਾ ਯੁੱਧ ਨੀਤੀ ਬਾਬਰ ਨੇ ਅਪਣਾਈ ਸੀ ਕਵੈਸਚਨ ਨੰਬਰ 23 ਦੀ ਗੱਲ ਕਰੀਏ ਬਾਬਰਨਾਮਾ ਦਾ ਫਾਰਸੀ ਵਿੱਚ ਅਨੁਵਾਦ ਕਿਸ ਨੇ ਕੀਤਾ ਸੀ ਤਾਂ ਅਬਦੁਲ ਰਹੀਮ ਨੇ ਕੀਤਾ ਸੀ ਕਵੈਸਚਨ ਨੰਬਰ 24 ਦੀ ਗੱਲ ਕਰੀਏ ਬਿਲਗਰਾਮ ਦੀ ਲੜਾਈ ਕਦੋਂ ਹੋਈ ਸੀ ਕਿਸ ਵਿਚਕਾਰ ਹੋਈ ਸੀ 1540 ਇਸ ਵਿੱਚ ਹਮਾਇਉ ਅਤੇ ਸ਼ੇਰਸਾ ਵਿਚਕਾਰ ਹੋਈ ਸੀ ਤਾਂ ਹਮਾਇਉ ਨੇ ਦੋ ਕਵੈਸਚਨ ਨੰਬਰ 25 ਦੀ ਗੱਲ ਕਰੀ ਹਮਾਇੂ ਨਾਮਾ ਕਿਸ ਨੇ ਲਿਖਿਆ ਸੀ ਤਾਂ ਗੁਲਬਦਨ ਬੇਗਮ ਦੁਆਰਾ ਹਮਾਇੂ ਨਾਮਾ ਦੀ ਰਚਨਾ ਕੀਤੀ ਗਈ ਸੀ। ਕਵੈਸਚਨ ਨੰਬਰ 26 ਦੀ ਗੱਲ ਕਰੀ ਅਕਬਰ ਦੁਆਰਾ ਲੜੀਆਂ ਗਿਆ ਪ੍ਰਸਿੱਧ ਯੁੱਧ ਕਿਹੜੇ ਨੇ? ਪਾਣੀਪਤ ਦੀ ਦੂਜੀ ਲੜਾਈ ਅਕਬਰ ਦੁਆਰਾ ਹੋਈ ਸੀ ਤੇ ਹਲਦੀ ਘਾਟੀ ਦੀ ਲੜਾਈ ਕਦੋਂ ਹੋਈ ਸੀ? ਪਾਣੀਪਤ ਦੀ ਲੜਾਈ ਜਿਹੜੀ ਹੋਈ ਸੀ 1556 ਈਸਵੀ ਵਿੱਚ ਹੋਈ ਸੀ ਅਤੇ ਹਲਦੀ ਘਾਟੀ ਦੀ ਜਿਹੜੀ ਹੋਈ ਸੀ 1576 ਈਸਵੀ ਵਿੱਚ। ਕਵੈਸਚਨ ਨੰਬਰ 27 ਦੀ ਗੱਲ ਕਰੀਏ ਹਲਦੀ ਘਾਟੀ ਦੀ ਲੜਾਈ ਕਿਸ ਦੇ ਵਿਚਕਾਰ ਹੋਈ ਤੇ ਕਦੋਂ ਹੋਈ ਅਕਬਰ ਅਤੇ ਮਾਰਾਣਾ ਪ੍ਰਤਾਪ ਸਿੰਘ ਦੇ ਵਿਚਕਾਰ ਹੋਈ ਸੀ ਤੇ 1576 ਈਸਵੀ ਵਿੱਚ ਹੋਈ ਸੀ ਕਾਫੀ ਬਾਰ ਇਗਜ਼ਾਮ ਵਿੱਚ ਇਹ ਕਵੈਸਚਨ ਰਿਪੀਟ ਹੋ ਚੁੱਕਾ ਹੈ ਤਾਂ ਕਰਕੇ ਚੰਗੀ ਤਰ੍ਹਾਂ ਰੀਡ ਕਰ ਲਿਓ ਕਵੈਸਚਨ ਨੰਬਰ 28 ਦੀ ਗੱਲ ਕਰੀਏ ਡੈਸ਼ ਮੁਗਲ ਸਾਸਕ ਨੂੰ ਸਨੈਰੀ ਯੁੱਗ ਕਿਹਾ ਜਾਂਦਾ ਹੈ ਤਾਂ ਅਕਬਰ ਦੇ ਕਾਲ ਨੂੰ ਭਾਰਤ ਵਿੱਚ ਸਨੈਰੀ ਯੁੱਗ ਮੰਨਿਆ ਜਾਂਦਾ ਸੀ ਕਵੈਸਚਨ ਨੰਬਰ 29 ਦੀ ਗੱਲ ਕਰੀਏ ਅਕਬਰ ਨਾਮਾ ਕਿਸ ਦੁਆਰਾ ਲਿਖਿਆ ਗਿਆ ਸੀ ਤਾਂ ਅਬੂਲ ਫਜ਼ਲ ਦੁਆਰਾ ਲਿਖਿਆ ਗਿਆ ਸੀ ਅਕਬਰ ਨਾਮਾ ਕਵੈਸਚਨ ਨੰਬਰ 30 ਦੀ ਗੱਲ ਕਰੀਏ ਕਾਫੀ ਵਾਰ ਇਹ ਵੀ ਕਵੈਸਚਨ ਰਿਪੀਟ ਹੋ ਚੁੱਕਾ ਹੈ ਤੇ ਤੁਲਸੀਦਾਸ ਕਿਸ ਦਸਮਕਾਲੀਨ ਸੰਤਾ ਅਕਬਰ ਦਾ ਟਾਈਮ ਸੀ ਉਹ ਤੁਲਸੀਦਾਸ ਸੀ ਕਵੈਸਚਨ ਨੰਬਰ 31 ਦੀ ਗੱਲ ਕਰੀਏ ਅਕਬਰ ਦਾ ਮਕਬਰਾ ਕਿੱਥੇ ਸਥਿਤ ਹੈ ਤਾਂ ਸਿਕੰ德ਰਾਬਾਦ ਵਿੱਚ ਹੈ ਜਿਹੜਾ ਅਕਬਰ ਦਾ ਮਕਬਰਾ ਦੋਸਤਾਂ ਤੇ ਮਕਬਰੇ ਨੂੰ ਆਪਾਂ ਕਈ ਬੱਚੇ ਨੂੰ ਪਤਾ ਨਹੀਂ ਹੁੰਦਾ ਮਕਬਰਾ ਕੀ ਹੁੰਦਾ ਐਕਚੁਅਲੀ ਇਹ ਕਵਰ ਹੁੰਦੀ ਹੈ ਜਿਵੇਂ ਡੈਥ ਹੋਣ ਤੋਂ ਬਾਅਦ ਮੁਸਲਮਾਨ ਦੱਬਦੇ ਨੇ ਨਾ ਉਸ ਨੂੰ ਕਵਰ ਕਰ ਦੇਦੇ ਨੇ ਤਾਂ ਕਵਰ ਨੂੰ ਹੀ ਮਕਬਰਾ ਕਿਹਾ ਜਾਂਦਾ ਹੈ ਕਵੈਸਚਨ ਨੰਬਰ 32 ਦੀ ਗੱਲ ਕਰੀ ਅਕਬਰ ਦੇ ਨਵਰਤਨ ਮਤਲਬ ਨੌ ਰਤਨ ਸੀ ਅਕਬਰ ਦੇ ਦਰਬਾਰ ਵਿੱਚ ਤਾਂ ਉਹਨਾਂ ਬਾਰੇ ਵੀ ਇਗਜ਼ਾਮ ਵਿੱਚ ਪੁੱਛ ਲਿਆ ਜਾਂਦਾ ਤੁਹਾਨੂੰ ਚਾਰ ਆਪਸ਼ਨ ਦਿੱਤੇ ਜਾਣਗੇ ਉਹਨਾਂ ਵਿੱਚ ਇੱਕ ਸਹੀ ਆਨਸਰ ਹੋਵੇਗਾ ਤੇ ਤਿੰਨ ਜਿਹੜੇ ਗਲਤ ਹੋਣਗੇ ਤੇ ਪੁੱਛ ਲਿਆ ਜਾਵੇਗਾ ਕਿ ਅਕਬਰ ਅੰਨ ਹਿੱਟ ਲਿਖਿਆਂ ਵਿੱਚੋਂ ਅਕਬਰ ਦੇ ਜਿਹੜੇ ਨੌ ਨੌ ਰਤਨਾ ਵਿੱਚੋਂ ਕਿਹੜਾ ਇੱਕ ਹੈ ਤੇ ਇਹ ਨੌ ਰਤਨ ਯਾਦ ਰੱਖੋ ਵੀਰਬਲ ਅਬੁਲ ਫਜ਼ਲ ਟੋਡਰਮਲ ਭਗਵਾਨ ਦਾਸ ਅਬਦੁਲ ਰਹਿਮ ਤਾਨਸੇ ਮੁੱਲਾਦੋ ਪਿਆਜਾ ਮਾਨ ਸਿੰਘ ਤੇ ਹੁਕਮ ਹੁਕਮ ਕਵੈਸਚਨ ਨੰਬਰ 33 ਦੀ ਗੱਲ ਕਰੀਏ 21 ਦੇ ਦੌਰ ਨੂੰ ਮੁਗਲ ਸ਼ਾਸਨ ਦੌਰਾਨ ਚਿੱਤਰਕਾਰੀ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਤਾਂ ਜਹਾਂਗੀਰ ਦੇ ਟਾਈਮ ਵਿੱਚ ਚਿੱਤਰਕਾਰੀ ਬਹੁਤ ਉਸਨੇ ਉਤਸ਼ਾਹਿਤ ਕੀਤਾ ਚਿੱਤਰਕਾਰਾਂ ਨੂੰ ਤੇ ਕਾਫੀ ਫੇਮਸ ਹੋਈ। ਕਵੈਸਚਨ ਨੰਬਰ 34 ਦੀ ਗੱਲ ਕਰੀਏ ਜਹਾਂਗੀਰ ਦੇ ਉਹ ਚਿੱਤਰਕਾਰਾਂ ਦੇ ਨਾਮ ਦੱਸੋ ਮਤਲਬ ਜਿਹੜੇ ਜਹਾਂਗੀਰ ਦੇ ਦਰਬਾਰ ਵਿੱਚ ਸੇ ਸਭ ਤੋਂ ਬੈਸਟ ਚਿੱਤਰਕਾਰ ਸੀ ਉਹਨਾਂ ਦੇ ਨਾਮ ਸੀ 우ਸਤਾਦ मंसूर ਖਾਨ ਤੇ ਬਿਸ਼ਨ ਦਾਸ ਇਹ ਦੋ ਸਭ ਤੋਂ ਫੇਮਸ ਚਿੱਤਰਕਾਰ ਸੀ ਉਸ ਟਾਈਮ। ਕਵੈਸਚਨ ਨੰਬਰ 35 ਦੀ ਗੱਲ ਕਰੀਏ ਜਾਂਗੀਰ ਮਕਬਰਾ ਕਿੱਥੇ ਸਥਿਤ ਹੈ ਤਾਂ ਲਾਹੌਰ ਵਿੱਚ ਹੈ ਜਾਂਗੀਰ ਮਕਬਰਾ ਓਕੇ ਦੋਸਤੋ ਮੁਗਲ ਸਮਰਾਜਾ ਰਿਲੇਟਡ ਇਹ ਕੁਝ ਇੰਪੋਰਟੈਂਟ ਕੁਐਸਚਨ ਨੇ ਬਾਕੀ ਦੇ ਆਪਾਂ ਨੈਕਸਟ ਕਲਾਸ ਵਿੱਚ ਕਵਰ ਕਰ ਲਾਂਗੇ ਹੁਣ ਜੇ ਤੁਹਾਨੂੰ ਇਹ ਵੀਡੀਓ ਬੈਨੀਫੀਸ਼ੀਅਲ ਲੱਗ ਜਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ